ਤਰਨਤਾਰਨ ਦੇ ਪਿੰਡ ਨਰੰਗਾਬਾਦ ਵਿਖੇ ਮਾਮੂਲੀ ਵਿਵਾਦ ਦੇ ਚੱਲਦਿਆਂ ਪਿੰਡ ਦੇ ਹੀ ਕੁਝ ਵਿਅਕਤੀਆਂ ਵੱਲੋਂ ਹਮਲਾ ਕਰਕੇ ਤੇਜਿੰਦਰ ਸਿੰਘ ਨਾਮਕ ਵਿਅਕਤੀ ਨੂੰ ਕੁੱਟ-ਕੁੱਟ ਕੇ ਜਾਨੋਂ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਸ ਨੂੰ ਜ਼ਖਮੀ ਹਾਲਾਤ ਵਿੱਚ ਹਸਪਤਾਲ ਲਿਜਾਇਆ ਜਾ ਰਿਹਾ ਸੀ ਤੇ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਰਿਸ਼ਤੇਦਾਰ ਅਤੇ ਪਿੰਡ ਦੇ ਸਾਬਕਾ ਸਰਪੰਚ ਨੇ ਤੇਜਿੰਦਰ ਦੇ ਕਾਤਲਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਗੱਲਬਾਤ ਤੇ ਕੋਈ ਵੀ ਨਹੀਂ, ਬੂਹੇ ਗਾੜੀ ਬੈਠਾ ਹੈ ਆਪਦੇ ਘਰ ਦੇ। ਇੱਕ ਪਹਿਲਾਂ ਦੋ ਜਾਣੇ ਵੇਖ ਕੇ ਉਹਦੀ ਆਣ ਕੇ ਤੇ ਮੁੜ ਕੇ ਆ ਗਏ ਪੰਜ ਬੰਦੇ ਤੇ ਛੇਵੀਂ ਉਹਦੀ ਮਾਂ ਕਾਰ ਗੱਡੀਆਂ ਲੈ ਕੇ ਜਾਣ ਪਏ। ਜਦੋਂ ਹਿੰਦ ਘਰੋਂ ਲਕਾਰਾ ਲਕੂੜਾ ਮਾਰਿਆ ਉਹਨੇ ਜਿਹਨੂੰ ਛੱਟਾਂ ਲਾ ਕੇ ਫਿਰ ਇਹ ਆਪਣੇ ਆ ਗੱਜਰ ਨੂੰ ਇਹਦੇ ਆਪਣੇ ਨਿਸ਼ਾਨ ਸਿੰਘ ਦੇ ਲਟਕੇ ਤਿੰਨ ਆ। ਇੱਕ ਉਹਦਾ ਆਪਣਾ ਮਹਿਰੇ ਸਿੰਘਾਂ ਦਾ, ਇੱਕ ਹੈਗਾ ਹੋਰ ਜ਼ਮੀਨਦਾਰਾਂ ਦਾ ਲਾਗੂ ਗਾਂਢੀ, ਤਿੰਨ ਭਰਾ ਏ। ਕਾਰਨ ਕਿ ਪਿੱਛੇ ਬੱਚੇ ਬੱਚੇ ਝਗੜੇ, ਇਹਦਾ ਤਾਂ ਝਗੜਾ ਹੀ ਕੋਈ ਨਹੀਂ ਤੇਜਿੰਦਰ ਸਿੰਘ ਦਾ। ਪਿੰਡ ਦੇ ਬੱਚੇ ਚੌਂਕੀ ਰਾਹ ਝਗੜੇ, ਪਿੰਡ ਦੇ ਬੱਚੇ ਸਾਰੇ ਉਹ ਉਦੋਂ ਇਹ ਸਾਡੀ ਪੱਤੀ ਆ ਕੇ ਝਗੜੇ। ਉਹ ਮਤਲਬ ਲੋਫ ਟਰੈਪ ਵੀ ਚੱਲਦੇ ਹੋ ਉਸੇ ਦੇ ਰੇਂਜ ਨਾਲ ਆ ਕੇ ਇੱਥੋਂ ਗੇੜਾ ਮਾਰ ਕੇ ਬੈਠੇ ਨੇ। ਕਹਿੰਦਾ ਬੈਠਾ ਵਾ ਦਬਕਾ ਮਾਰ ਕੇ ਤੇ ਮੁੜ ਕੇ ਇਹਨੂੰ ਪਤਾ ਨਹੀਂ ਇਹ ਬੈਠਾ ਰਿਹਾ। ਉਹਦੇ ਗਲੀ ਪੈ ਗਏ ਸਾਡੇ ਅੰਦਰੋਂ, ਭੱਜ ਕੇ ਹੀ ਅੰਦਰੋਂ ਆਏ ਤੇ ਇੱਟ ਪੱਟੇ ਲੀਕੇ ਤੇ ਉਹਨੇ ਤੈਨੂੰ ਤਿਆਰ ਹੀ ਹੋ ਨਹੀਂ ਫੜੇ ਗਏ। ਇਹ ਤੇਜਿੰਦਰ ਸਿੰਘ ਜਿਹੜਾ ਇਹ ਆਪਦੇ ਘਰ ਬੈਠਾ ਸੀ, ਇਹਨੂੰ ਆਏ ਤੇ ਇਹਦੇ ਨਾਨਕੇ ਝਗੜੇ ਆ। ਉਹਨੇ ਕਿਹਾ ਵੀ ਕਰਫਿਊ ਲੱਗਿਆ ਸੀ, ਤੁਸੀਂ ਕਿਉਂ ਖੜੇ ਜੇ? ਇਸੇ ਗੱਲ ਤੋਂ ਰੰਜਿਸ਼ ਰੱਖ ਕੇ ਤੇ ਕੁਝ ਇਹਨਾਂ ਦੀ ਪਹਿਲਾਂ ਵੀ ਮਾੜੀ ਮਾੜੀ ਰੰਜਿਸ਼ ਸੀ। ਇਸੇ ਗੱਲ ਤੋਂ ਜਦੋਂ 6 ਜਣੇ ਆਏ, 5-6 ਜਣੇ ਟਰੈਕਟਰ ਤੇ ਕਾਰ ਤੇ ਮੋਟਰਸਾਈਕਲ ਤੇ, ਤੇ ਆਣ ਕੇ ਦਾਤਰ ਮਾਰੇ ਤੇ ਮਾਰ ਕੇ 302 ਦਾ ਪਰਚਾ ਦਿੱਤਾ। FIR ਨੰਬਰ 103/20 302 ਲਾ ਕੇ ਪਰਚਾ ਦਰਜ ਕਰਤਾ। ਕਿੰਨੇ ਬੰਦੇ ਖਿਲਾਫ? 6 ਦੇ ਖਿਲਾਫ ਨਹੀਂ, ਗ੍ਰਿਫਤਾਰੀ ਨਹੀਂ ਅਜੇ, ਉਹਨਾਂ ਰੇਡ ਕੀਤੇ ਜਾ ਰਹੇ। ਪੁਲਿਸ ਦੇ ਜਾਂਚ ਅਧਿਕਾਰੀ ਚਰਨਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਇਸ ਸਬੰਧ ਵਿੱਚ 6 ਲੋਕਾਂ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਹੈ। ਤੇ ਦੂਜੇ ਪਾਸੇ ਜਲੰਧਰ ਦੇ ਭੋਗਪੁਰ ਦੇ ਨੇੜਲੇ ਪਿੰਡ ਮੋਗਾ ਵਿੱਚ ਗੁਜਰਾਂ ਦੇ ਡੇਰੇ ਦੇ ਨਜ਼ਦੀਕ ਇੱਕ ਵਿਅਕਤੀ ਦਾ ਮਰਡਰ ਹੋ ਗਿਆ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਆਰੰਭ ਕਰ ਦਿੱਤੀ ਹੈ। ਲਾਸ਼ ਦੀ ਸ਼ਨਾਖਤ ਜਾਰੀ ਹੈ। ਮਾਮਲਾ ਮੋਗਾ ਪਿੰਡ ਦਾ ਚੂਜਾ ਪੈਂਦਾ, ਇਹਦੇ ਵਿੱਚ ਕੋਈ ਬਲਾਈਂਡ ਮਰਡਰ ਹੋਇਆ ਆ। ਪੁਲਿਸ ਵੱਖ ਵੱਖ ਪਹਿਲੂਆਂ ਤੋਂ ਹੀ ਤਫਤੀਸ਼ ਕਰ ਰਹੀ ਆ, ਜਲਦੀ ਤੋਂ ਜਲਦੀ ਦੋਸ਼ੀਆਂ ਨੂੰ ਫੜਿਆ ਜਾਊਗਾ। ਸਰ ਜਿਹੜਾ ਜਿਹਦਾ ਮਰਡਰ ਹੋਇਆ ਉਹਦੀ ਕੋਈ ਪਛਾਣ ਹੋਈ ਹਾਲੇ ਤੱਕ? ਹਜੇ ਤੱਕ ਨਹੀਂ ਕੋਈ ਪਛਾਣ ਹੋਈ, ਉਹਦੀ ਪਛਾਣ ਹੋਗੀ ਤਾਂ ਜਲਦੀ ਤੋਂ ਜਲਦੀ ਮਾਮਲਾ ਟਰੇਸ ਹੋ ਜਾਏਗਾ। ਇਹ ਪੰਜਾਬੀ ਲੱਗਦਾ ਜਾਂ ਕੋਈ ਪ੍ਰਵਾਸੀ ਹੈ? ਸਰ ਇਸ ਵੇਲੇ ਹਜੇ ਤੱਕ ਕੁਛ ਨਹੀਂ ਪਤਾ ਚੱਲਦਾ। ਠੀਕ ਹੈ, ਡੈੱਡ ਬੋਡੀ ਜਿਹੜੀ ਹੈਗੀ ਆ ਕਬਜ਼ੇ? ਡੈੱਡ ਬੋਡੀ ਕਬਜ਼ੇ ਵਿੱਚ ਲੈ ਲਈ, ਬਣਦੀ ਕਾਰਵਾਈ ਕਰ ਰਹੇ ਜੀ। ਸਵੇਰਾ ਟਾਈਮਸ ਲਈ ਤਰਨ ਤਾਰਨ ਤੋਂ ਸੁਖਜਿੰਦਰ ਸਿੰਘ, ਖਡੂਰ ਸਾਹਿਬ ਤੋਂ ਅੰਤਰਪ੍ਰੀਤ, ਜਲੰਧਰ ਤੋਂ ਵਿਨੇ ਸ਼ਰਮਾ ਦੀ ਰਿਪੋਰਟ। All World Open Challenge 17-time gold medalist Mia Rafiq Mohammed, Pandit Maulvi Begum Tantrik, ਇਹਨਾਂ ਚੋਰਾ ਠੱਗਾ ਤੋਂ ਸਾਵਧਾਨ। ਸਪੈਸ਼ਲਿਸਟ ਵਸ਼ੀਕਰਨ, ਸੱਟਾ ਨੰਬਰ, ਲਵ ਮੈਰਿਜ, ਪਤੀ ਪਤਨੀ ਚ ਅਨਬਨ, ਵਿਦੇਸ਼ ਚ ਪੱਕਾ ਹੋਣਾ, ਕਾਰੋਬਾਰ ਦਾ ਨਾ ਚੱਲਣਾ, ਸਿਰਫ 31 ਘੰਟਿਆਂ ਵਿੱਚ ਸਮਾਧਾਨ। ਫ੍ਰੀ 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 ਮੀਆ ਰਫੀਕ ਮੁਹੰਮਦ, ਮੋਬਾਈਲ 84374 94648, 84374 94648।